ਰੱਬਾ ਐਸੀ ਮੌਤ ਕਿਸੇ ਦੇ ਦੁਸ਼ਮਣ ਨੂੰ ਵੀ ਨਾ ਆਵੇ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਪਤੀ ਪਤਨੀ ਦੀ ਕੋਈ ਸਮੇਂ ਮੌਤ ਹੋ ਚੁੱਕੀ ਹੈ। ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆ ਰਹੀਆਂ ਨੇ। ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਰੇਹੜੀ ਤੇ ਇੱਕ ਕੋਠੀ ਤੋਂ ਚੌਂਕੀਦਾਰੀ ਕਰਕੇ ਵਾਪਿਸ ਘਰ ਆ ਰਹੇ ਪਤੀ ਪਤਨੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਦੋਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਹਾਦਸੇ ਦੇ ਬਾਅਦ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੇ ਟਾਇਰਾਂ ਦੇ ਨਿਸ਼ਾਨ ਮੇਨ ਰੋਡ ਤੇ ਦਿਖਾਈ ਦਿੱਤੇ। ਪੁਲਿਸ ਨੇ ਹਾਲਾਂਕਿ ਮਾਮਲਾ ਦਰਜ ਕਰ ਲਿਆ। ਸੋ ਤਸਵੀਰਾਂ ਸਾਹਮਣੇ ਆਈਆਂ ਨੇ ਪਤੀ ਪਤਨੀ ਦੀ ਦਰਦਨਾਕ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ। ਤੇਜ਼ ਰਫ਼ਤਾਰ ਟਰੱਕ ਸੀ ਜਿਸਨੇ ਇਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਅਤੇ ਮੌਕੇ 'ਤੇ ਹੀ ਮੌਤ ਹੋ ਚੁੱਕੀ ਹੈ। ਸੋ ਤਸਵੀਰਾਂ ਸਾਂਝੀਆਂ ਕਰ ਰਹੀਆਂ, ਹਾਲਾਂਕਿ ਪਰਿਵਾਰ ਦਾ ਇਸ ਵਕਤ ਰੋਣ ਬੁਰਾ ਹਾਲ ਹੈ। ਉੱਥੇ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰੋਡ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਕੀ ਗੱਲ ਕੀ ਹੋਈ ਸਵੇਰੇ, ਕੀ ਹਾਦਸਾ ਹੋਇਆ ਜਿੰਨਾਂ 'ਚ ਦੋ ਜਣਿਆਂ ਦੀ ਮੌਤ ਹੋਈ ਹੈ ਜੀ? ਸਰ ਉਹ ਉੱਥੇ ਲੱਗੇ ਹੋਏ ਸੀ ਤਾਂ ਚੌਂਕ 'ਤੇ ਕੋਠੀ ਹੈਗੀ ਸੀ ਅਤੇ ਉੱਥੇ ਚੌਂਕੀਦਾਰੀ ਕਰਦੇ ਸੀਗੇ ਜੀ, ਅਤੇ ਉੱਥੋਂ ਵਾਪਸੀ ਆ ਰਹੇ ਸੀ ਸੂਬੇ, ਰਾਤ ਨੂੰ ਨਾਈਟ ਕਰਦੇ ਉੱਥੇ ਡਿਊਟੀ ਕਰਦੇ ਜੀ, ਅਤੇ ਉੱਥੋਂ ਸੂਬੇ ਵਾਪਸੀ ਆ ਰਹੇ ਸੀ ਅਤੇ ਰਾਹ 'ਚ ਸੁਭਾਸ਼ ਨਗਰ ਸੈਲੀਬ੍ਰੇਸ਼ਨ ਪੈਲਸ ਕੋਲ ਉਹਨਾਂ ਦਾ ਹਾਦਸਾ ਹੋਇਆ ਜੀ। ਕਿਹਦੇ ਨਾਲ ਹਾਦਸਾ ਹੋਇਆ ਜੀ? ਟਰੱਕ ਨਾਲ ਜੀ। ਅਤੇ ਕੀ ਹਾਲਤ ਕੀ ਸੀ ਉਦੋਂ ਜੀ? ਹਾਲਤ ਬਸ ਆ ਰਹੇ ਸੀ ਰਾਹ 'ਚ ਅਤੇ ਪਿੱਛੋਂ ਆ ਕੇ ਮਾਰੀਆ ਉਹਨਾਂ ਇੰਟਰ। ਅਤੇ ਲੈ ਕੇ ਕਿੱਥੇ ਗਏ ਫਿਰ? ਲੈ ਕੇ ਜੀ ਬੋਹਰ ਦਾਖਲ ਕਰਾਇਆ, ਉਹਨਾਂ ਨੇ ਬਠਿੰਡੇ ਰੈਫਰ, ਉੱਥੇ ਗੰਗਾਨਗਰ ਰੈਫਰ ਕਰਤਾ ਜੀ, ਉੱਥੋਂ ਉਹਨਾਂ ਨੇ ਬਠਿੰਡੇ ਰੈਫਰ ਕਰਤਾ। ਬਠਿੰਡੇ ਫਿਰ ਡੈਥ ਉਹਨਾਂ ਦੀ ਬਠਿੰਡੇ ਹੋਈ ਹੈ? ਹਾਂਜੀ, ਬਠਿੰਡੇ ਆ ਗਈ। ਸ਼ਵ ਕਦੋਂ ਤੱਕ ਬੋਹਰ ਆ ਜਾਣਗੇ ਜੀ? ਸਰ ਦੇਖੋ ਸਵੇਰ ਤੱਕ ਆਉਣੇ ਆ, ਰਾਤ ਨੂੰ ਕਰਾਂਗੇ। ਸੰਦੀਪ ਜੀ, ਕੀ ਹਾਦਸਾ ਹੋਇਆ, ਕਿਹਦੀ ਮੌਤ ਹੋਈ ਹੈ ਔਰ ਸ਼ਵ ਕਦੋਂ ਤੱਕ ਆ ਜਾਣਗੇ? ਉਹਨਾਂ ਦੀ ਰਾਮ ਵਰਨ ਜੀ ਅਤੇ ਮੂਰਤੀ ਅਤੇ ਸਵੇਰੇ ਜਿਵੇਂ ਰਾਤ ਨੂੰ 11 ਵਜੇ ਤੱਕ ਪਿਆ ਜੀ। ਅੱਛਾ, ਰਾਤ 11 ਵਜੇ ਤੱਕ ਆ ਜਾਣਗੇ। ਕੋਈ ਪੁਲਿਸ ਕੀ ਕਾਰਵਾਈ ਕਰ ਰਹੀ ਹੈ, ਕੀ ਮੰਗ ਕਰਦੇ ਹੋ ਤੁਸੀਂ? ਮੰਗ ਜੀ ਹੁਣ ਜਿਹੜਾ ਹੋਇਆ ਉਹਨਾਂ ਦਾ ਕਰੋ ਜੀ। ਟਰੱਕ ਚਾਲਕ ਤੇ ਕੋਈ ਫੜੀਜਿਆ ਮੌਕੇ ਤੇ ਕਿ ਨਹੀਂ ਫੜੀਜਿਆ ਜੀ? ਫੜੀਜਿਆ ਨਹੀਂ ਜੀ, ਕੈਮਰੇ 'ਚ ਆਈਏ ਫੋਟੋ ਜੀ। ਅੱਛਾ, ਕੈਮਰੇ 'ਚ ਫੋਟੋ ਜਾਏ ਨੇ, ਤੁਸੀਂ ਦੇਖੇ ਨੇ ਖੁਦ ਜਾ ਕੇ? ਨਹੀਂ, ਭਰਾਵਾਂ ਨੇ ਵੇਖਿਆ। ਅੱਛਾ, ਭਰਾਵਾਂ ਨੇ ਦੇਖਿਆ। ਕਿੰਨੇ ਬੱਚੇ ਸੀ ਇਹਨਾਂ ਦੇ ਜੀ? ਚਾਰ ਜੀ। ਚਾਰ ਬੱਚੇ ਸੀ। ਕੀ ਕੰਮ ਕੀ ਕਰਦੇ ਸੀ ਇਸ ਤੋਂ ਇਲਾਵਾ? ਇਕੱਲੀ ਚੌਕੀਦਾਰੀ ਸੀ? ਚੌਕੀਦਾਰੀ ਸੀ, ਬਾਕੀ ਮਾੜੀ ਕੰਮ ਤੇ ਜਾਂਦੇ ਸੀ, ਖੇਤੀ ਖੂਤੀ ਮਾੜੀ ਮੋਟੀ ਸਾਂਭ ਲੈਂਦੇ ਤੇ ਨਾਲ ਜਿਵੇਂ ਮਿਲ ਜੇ ਤਾਂ। ਅੱਛਾ, ਕਰਦੇ ਮਜ਼ਦੂਰੀ ਸੀਗੇ ਦੋਨੇ। ਸਰ, ਇੱਕ ਸਵੇਰੇ ਦੰਪਤੀ ਦੀ ਐਕਸੀਡੈਂਟ ਮੌਤ ਹੋਈ ਹੈ, ਕੀ ਕਾਰਵਾਈ ਕਰ ਰਹੀ ਹੈ ਪੁਲਿਸ ਉਹਦੇ 'ਚ ਜੀ? ਸਾਨੂੰ ਸਿਵਲ ਹਸਪਤਾਲ ਬਹੁਤ ਇੰਟੀਮੇਸ਼ਨ ਆਈ ਸੀ ਵੀ ਇੱਕ ਰਾਮ ਵਰਨ ਸਾਨਾ ਭੂਰੀ ਰਾਮ ਅਤੇ ਉਸ ਦੀ ਪਤਨੀ ਮੂਰਤੀ ਦੇਵੀ ਦੋਨੋਂ ਢਾਣੀ ਵਿਸ਼ੇਸ਼ਣਾਂ 'ਤੇ ਰਹਿਣ ਵਾਲੇ ਆ। ਇਹ ਬਾਈਪਾਸ 'ਤੇ ਉੱਥੋਂ ਜਾ ਰਿਹਾ ਸੀ ਸੈਲੀਬ੍ਰੇਸ਼ਨ ਦੇ ਕੋਲ, ਮਗਰੋਂ ਕਿਸੇ ਵਹੀਕਲ ਨੇ ਉਹਨਾਂ ਨੂੰ ਟੱਕਰ ਮਾਰੀ। ਉਹ ਆਪਦੇ ਰਿਕਸ਼ੇ 'ਤੇ ਜਾ ਰਿਹਾ ਸੀ, ਬੰਦਾ ਰਿਕਸ਼ਾ ਚਲਾ ਰਿਹਾ ਸੀ ਅਤੇ ਉਹਦੀ ਜਿਹੜੀ ਹੈ ਮਿਸਿਜ ਹੈ ਉਹ ਮਗਰ ਉਹਦੇ ਰੇਹੜੀ ਦੇ ਵਿੱਚ ਬੈਠੀ ਸੀ। ਨਾਮ ਨੂੰ ਵਹੀਕਲ ਨੇ ਮਗਰੋਂ ਟੱਕਰ ਮਾਰ ਕੇ ਐਕਸੀਡੈਂਟ ਕਰਤਾ ਅਤੇ ਉਹਨਾਂ ਦੇ ਇਲਾਜ ਦੌਰਾਨ ਉੱਥੇ ਏਮਜ ਹਸਪਤਾਲ ਬਠਿੰਡੇ ਉਹਨਾਂ ਦੀ ਮੌਤ ਹੋ ਗਈ ਹੈ ਦੋਵਾਂ ਜਣਿਆਂ ਦੀ। ਅਤੇ ਉਹਨਾਂ ਦੇ ਅਸੀਂ ਜਿਹੜਾ ਡੈੱਡ ਬੋਡੀ ਲੈਣ ਵਾਸਤੇ ਕਰਮਚਾਰੀ ਭੇਜੇ ਆ, ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜੀ ਰੋਡ ਦੀ ਕਾਰਵਾਈ। ਸਰ, ਇੱਕ ਸੜਕ ਹਾਦਸੇ ਦੇ ਵਿੱਚ ਮੀਆਂ ਬੀਬੀ ਆਏ ਸੀ, ਕੀ ਹਾਲਾਤ ਨੇ ਔਰ ਕੀ ਹੁਣ ਪਤਾ ਲੱਗਿਆ ਜੀ? ਸਾਡੇ ਕੋਲ ਅੱਜ ਸੁਬਹਾ ਤਕਰੀਬਨ 6:15 ਵਜੇ ਇੱਕ ਦੋ ਮੀਆਂ ਬੀਬੀ ਆਏ ਸੀਗੇ ਜੋ ਕਿ ਟਾਣੀ ਸਟੇਸ਼ਨ ਅਤੇ ਰਹਿਣ ਵਾਲੇ ਸੀਗੇ, ਰਾਮ ਵਰਨ ਅਤੇ ਉਹਨਾਂ ਦੀ ਪਤਨੀ ਸੀ ਮੂਰਤੀ ਦੇਵੀ। ਇਹਨਾਂ ਦੀ ਅੱਜ ਸੁਬਹਾ ਇਹ ਕੰਮ 'ਤੇ ਜਾ ਰਹੇ ਸੀ ਔਰ ਇਹਨਾਂ ਦੀ ਸੈਲੀਬ੍ਰੇਸ਼ਨ ਪੈਲਸ ਦੇ ਕੋਲ ਇਹਨਾਂ ਦਾ ਸੜਕ ਹਾਦਸੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਔਰ ਜਿਨ੍ਹਾਂ ਨੂੰ ਅਸੀਂ ਸੁਬਹਾ ਫਰੀਦਕੋਟ ਮੈਡੀਕਲ ਕੋਲੇਜ ਰੈਫਰ ਕਰ ਦਿੱਤਾ ਸੀਗਾ ਜੀ।
ਔਰ ਹੁਣ ਤੁਹਾਡੇ ਮੀਡੀਅਮ ਦੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਡੈਥ ਹੋ ਚੁੱਕੀ ਹੈ। ਜੋ ਕਿ ਸੱਟਾਂ ਕੀ ਸੀ ਜਦੋਂ ਉਹਨਾਂ ਦਾ ਜੀ? ਇਹਨਾਂ ਦੋਨਾਂ ਦੇ ਸਿਰ 'ਤੇ ਗੰਭੀਰ ਚੋਟਾਂ ਸੀਗੀਆਂ ਜੀ ਜਦੋਂ ਸੁਬਾਹ ਸਾਡੇ ਕੋਲ ਆਏ, ਜਿਹਦੇ ਕਰਕੇ ਦੋਨਾਂ ਇਹਨਾਂ ਲੈ ਕੇ ਕੌਣ ਆਇਆ ਸੀ ਜੀ? ਇਹਨਾਂ ਨੂੰ ਲੈ ਕੇ 108 ਜੋ ਕਿ ਸਰਕਾਰ ਵੱਲੋਂ ਚਲਾਈ ਗਈ ਐਂਬੂਲੈਂਸ ਆ ਉਹ ਲੈ ਕੇ ਆਈ ਸੀ।